ਜੀ ਸਤਿ ਸ਼੍ਰੀ ਅਕਾਲ ਦੋਸਤੋ, ਥੀਏਟਰ ਦੇ ਮੰਨੇ ਪਰਨੇ ਪਰਪਰਵੰਨੇ ਕਲਾਕਾਰ ਰੰਗਦੇਵ, ਬੜੀ ਇੱਛਾ ਸੀ ਮਿਲਣ ਦੀ। ਜੋਰਾ 10 ਨੰਬਰੀ ਤੁਸੀਂ ਫਿਲਮ ਵੇਖੀ ਹੋਣੀ ਹੈ, ਮਾਸੀ ਦੇ ਕਿਰਦਾਰ ਦੇ ਵਿੱਚ ਉਹਨਾਂ ਦਾ ਬਹੁਤ ਅੱਛਾ ਰੋਲ ਸੀ। ਪਰ ਅੱਜ ਜਿਸ ਫਿਲਮ ਬਾਰੇ ਆਪਾਂ ਰਜਨੀ, ਬੀਬੀ ਰਜਨੀ ਬਾਰੇ ਗੱਲਬਾਤ ਕਰ ਰਹੇ ਹਾਂ, ਬਹੁਤ ਖੂਬਸੂਰਤ ਜਿਹੜਾ ਹੈ ਕਰੈਕਟਰ ਹੈ ਇਹਨਾਂ ਨੇ ਪੂਰੀ ਥਰੂ ਆਊਟ ਪਲੇ ਕੀਤਾ, ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬਾਈ, ਕੀ ਹਾਲ ਹੈ? ਬਹਿੰਦਿਆਂ ਨੂੰ ਭਾਗ ਲਾ ਦਿਆ ਜੀ, ਬਸ ਪਰਮਾਤਮਾ ਦੀ ਮਿਹਰ ਹੈ ਜੀ। ਕਿੱਦਾਂ ਦਾ ਤਜਰਬਾ ਰਿਹਾ ਤੁਹਾਡਾ? ਬਹੁਤ ਅੱਛਾ ਮਾਹੌਲ ਸੀਗਾ, ਤਜਰਬਾ ਵੀ ਬਹੁਤ ਅੱਛਾ ਸੀਗਾ। ਔਰ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਜਿਹੜਾ ਇਤਿਹਾਸ ਬਹੁਤ ਅਮੀਰ ਆ, ਔਰ ਜਿਵੇਂ ਜਿਵੇਂ ਅਸੀਂ ਇਹਨੂੰ ਫਰੋਲਦੇ ਜਾਂਦੇ ਹਾਂ, ਉਵੇਂ ਉਵੇਂ ਅਸੀਂ ਮਤਲਬ ਚੌਂਕਦੇ ਵੀ ਜਾਂਦੇ ਹਾਂ ਅਤੇ ਖੁਸ਼ ਵੀ ਹੁੰਦੇ ਹਾਂ ਅਤੇ ਹੈਰਾਨ ਵੀ ਹੁੰਦੇ ਹਾਂ ਨਾ। ਕਿਉਂਕਿ ਦੇਖੋ, ਬੀਬੀ ਰਜਨੀ ਦਾ ਇਤਿਹਾਸ ਹੈ ਕਿੰਨਾ ਸਬਰ, ਪਰਮਾਤਮਾ ਨੂੰ ਮੰਨਣ ਵਾਲਾ, ਔਰ ਆਪਣੇ ਹਰਿਮੰਦਰ ਸਾਹਿਬ ਬਹੁਤ ਵੱਡਾ ਇਤਿਹਾਸ ਹੈ ਪੰਜਾਬ ਦਾ, ਔਰ ਉਹਦਾ ਇੱਕ ਹਿੱਸਾ ਬਣਨਾ, ਜਦੋਂ ਕੋਈ ਉਹਦਾ ਪਾਰਟ ਬਣ ਰਿਹਾ ਇੰਡਸਟਰੀ ਦੇ ਵਿੱਚ, ਉਹਦਾ ਹਿੱਸਾ ਬਣਨਾ ਬਹੁਤ ਵੱਡੀ ਗੱਲ ਹੈ। ਤਾਂ ਮੈਂ ਤਾਂ ਕਹਿੰਦਾ ਕਿ ਅਸੀਂ ਕਰਮਾਂ ਵਾਲੇ ਹੁੰਦੇ ਹਾਂ ਐਕਟਰ ਕਲਾਕਾਰ, ਜਿਹੜੇ ਇਹਨਾਂ ਕਿੱਸਿਆਂ ਦੇ, ਇਹਨਾਂ ਇਤਿਹਾਸ ਦੇ ਹਿੱਸਾ ਬਣ ਕੇ ਉਹਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕਰੈਕਟਰ ਅਦਾ ਕਰਦੇ ਹਾਂ, ਤਾਂ ਇਹੀ ਕਰਮਾਂ ਵਾਲੀ ਗੱਲ ਹੈ ਸਾਡੇ ਲਈ। ਅੱਛਾ, ਰੰਗ ਮੰਚ ਨਾਲ ਜੁੜੇ ਹੋਣ ਤੋਂ ਬਾਅਦ ਜਦੋਂ ਫਿਲਮਾਂ ਦਾ ਮਿਲਣਾ ਹੁੰਦਾ ਹੈ ਨਾ, ਇਹ ਵੀ ਇੱਕ ਬਹੁਤ ਲੇਟ ਸਬੱਬ ਕਿਉਂ ਸ਼ੁਰੂ ਹੋਇਆ ਰੰਗਦੀਪ ਜੀ? ਨਹੀਂ, ਲੇਟ ਨਹੀਂ ਸਬੱਬ ਹੋਇਆ, ਮੇਰਾ ਐਕਚੁਅਲੀ ਥੋਟ ਸੀਗਾ ਕਿ ਪਹਿਲਾਂ ਚੰਗੀ ਤਰ੍ਹਾਂ ਥੀਏਟਰ ਕਰ ਲਈਏ। ਵੈਸੇ ਸਿੱਖਦਾ ਤਾਂ ਬੰਦਾ ਸਾਰੀ ਉਮਰ ਰਹਿੰਦਾ, ਪਰ ਕੈਮਰੇ ਅੱਗੇ ਆਉਣ ਜੋਗਾ ਥੋੜ੍ਹਾ ਸਿੱਖ ਲਈਏ, ਕਿਉਂਕਿ ਥੋੜ੍ਹਾ ਜਿਹਾ ਕੱਚੇ ਹੋ ਕੇ ਆਉਣ ਨਾਲੋਂ ਤਾਂ ਚੰਗਾ ਕਿ ਥੋੜ੍ਹਾ ਜਿਹਾ ਪੱਕੇ ਤਰੀਕੇ ਨਾਲ। ਪੱਕਾ ਤਾਂ ਚਲੋ ਬੰਦਾ ਸਾਰੀ ਉਮਰ ਨਹੀਂ ਹੁੰਦਾ, ਪਰ ਫਿਰ ਵੀ ਇੱਕ ਉਹਨਾਂ ਕੀ ਮਾੜਾ ਮੋਟਾ ਸਮਝ ਹੀ ਲੱਗਦੀ ਰਹੇ ਸਕ੍ਰਿਪਟ ਦੀ, ਕਿਉਂਕਿ ਫਿਲਮ ਦੇ ਉੱਤੇ ਤੁਹਾਨੂੰ ਪਤਾ ਔਨ ਸੈਟ ਸਕ੍ਰਿਪਟ ਮਿਲਦੀ ਹੈ, ਤਾਂ ਉਹ ਪ੍ਰੈਪਰੇਸ਼ਨ ਕਹਿ ਲਓ, ਪ੍ਰਪੇਅਰ ਹੋਣਾ ਕਹਿ ਲਓ, ਸੌਖਾ ਹੋ ਜਾਂਦਾ ਜਦੋਂ ਤੁਸੀਂ ਇੱਕ ਲੰਮੇ ਟਾਈਮ ਤੋਂ ਰਿਆਜ਼ ਕਰਦੇ ਹੋ, ਰਿਹਰਸਲ ਕਰਦੇ ਹੋ, ਤਾਂ ਸੌਖਾ ਹੋ ਜਾਂਦਾ ਤੁਹਾਨੂੰ ਕਰਨਾ ਪੂਰੀ ਇੰਟਾਇਰ ਟੀਮ ਨਾਲ। ਜੇ ਆਪਾਂ ਡਾਇਰੈਕਟਰ ਦੀ ਗੱਲ ਕਰੀਏ, ਜਾਂ ਡਿਪਾਰਟਮੈਂਟ, ਹੋਰ ਬਹੁਤ ਸਾਰੇ ਡਿਪਾਰਟਮੈਂਟ ਨੇ ਯੋਗਰਾਜ, ਖਾਸ ਕਰਕੇ ਤੁਸੀਂ ਯੋਗਰਾਜ ਦੇ ਨੇੜੇ ਰਹੇ, ਉਹਨਾਂ ਨਾਲ ਕੰਮ ਕਰੇ ਕਿੱਦਾਂ ਦਾ? ਯੋਗਰਾਜ ਭਾਜੀ ਬਾਰੇ ਮੈਂ ਉੱਥੇ ਵੀ ਬੋਲਿਆ ਸੀ ਇੰਟਰਵਿਊ ਦੇ ਵਿੱਚ ਕਿ ਉਹ ਬਹੁਤ ਹੀ ਪੋਲਾਈਟ, ਬਹੁਤ ਅੱਛੇ, ਬਹੁਤ ਸੂਝਵਾਨ ਕਲਾਕਾਰ ਤੇ ਇਨਸਾਨ ਬਹੁਤ ਅੱਛੇ ਨੇ। ਤੇ ਉਹਨਾਂ ਨੇ ਮੇਰਾ ਪਹਿਲਾਂ ਅਸੀਂ ਇੱਕ ਫਿਲਮ ਕੀਤੀ ਸੀ, ਉਹਦੇ ਵਿੱਚ ਵੀ ਮੇਰਾ ਇਹਨਾਂ ਨਾਲ ਕਰੈਕਟਰ ਸੀਗਾ, ਔਰ ਉਹਦੇ ਵਿੱਚ ਮੈਂ ਬਿਮਾਰ ਬਹੁਤ ਸੀਗਾ, ਤਾਂ ਯੋਗਰਾਜ ਭਾਜੀ ਨੇ ਮੇਰਾ ਬਹੁਤ ਸਹਿਯੋਗ ਦਿੱਤਾ, ਮੈਨੂੰ ਬਹੁਤ ਹੈਲਪ ਕੀਤੀ। ਬਹੁਤ ਸੀਨੀਅਰ ਨੇ, ਅਸੀਂ ਤਾਂ ਮਤਲਬ ਬਹੁਤ ਛੋਟੇ ਹੁੰਦੇ ਸੀ, ਮਤਲਬ ਸਾਡੇ ਬਾਪੂ ਹੋਰਾਂ ਨੇ ਇਹਨਾਂ ਨੂੰ ਦੇਖਿਆ ਹੋਇਆ, ਤਾਂ ਇਹਨਾਂ ਨਾਲ ਕੰਮ ਕਰਨਾ ਸਾਡੇ ਵਾਸਤੇ ਤਾਂ ਬਹੁਤ ਭਾਗਾਂ ਵਾਲੀ ਗੱਲ ਆ। ਤੇ ਬਾਕੀ ਰਹੀ ਅਮਰ ਬਾਈ ਦੀ ਗੱਲ, ਅਮਰ ਬਾਈ ਹੋਰਾਂ ਨਾਲ ਮੈਂ ਪਹਿਲਾਂ ਵੀ ਕੰਮ ਕੀਤਾ, ਵਾਰਨਿੰਗ 2 'ਚ ਕੰਮ ਕੀਤਾ ਅਸੀਂ, ਬੱਬਰ ਇਕੱਠੀ ਕੀਤੀ ਸੀਗੀ, ਤਾਂ ਹੁਣ ਇਹ ਸਾਡੀ ਇਹ ਫਿਲਮ ਹੈ, ਤਾਂ ਇਹਨਾਂ ਨਾਲ ਕੰਮ ਕਰਕੇ ਕਿ ਅਕਸਰ ਹੀ ਹਰ ਵਾਰੀ ਇੱਕ ਮਜ਼ਾ ਕਹਿ ਲਓ ਜਾਂ ਕਹਿ ਲਓ ਕਿ ਸਕੂਨ ਮਿਲਦਾ। ਪੂਰੀ ਟੀਮ ਬਹੁਤ ਅੱਛੀ ਆ, ਆਰ ਮਲਕਾਣਾ ਬਾਈ ਹੋ ਗਿਆ, ਪ੍ਰੋਡਕਸ਼ਨ ਵਾਲੇ ਬੱਲ ਬਾਈ ਹੋ ਗਏ, ਇਹ ਸਾਰੇ ਬਹੁਤ ਕਮਾਲ ਦੇ ਬੰਦੇ ਨੇ। ਰਜਨੀ, ਹੁਣ ਬੀਬੀ ਰਜਨੀ ਪੂਰੀ ਦੁਨੀਆ 'ਚ ਰਿਲੀਜ਼ ਹੋ ਗਈ, ਅੱਜ ਪ੍ਰੀਮੀਅਰ ਥੋੜਾ ਲੇਟ ਕੀਤਾ, ਪਰ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਜੀ? ਮੈਂ ਦਰਸ਼ਕਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਇਹ ਸਾਡਾ ਬਹੁਤ ਅੱਛਾ ਇਤਿਹਾਸ ਹੈ, ਜਿਹੜਾ ਕਿ ਸਾਡੇ ਕੀ ਇਸ ਤੋਂ ਇਲਾਵਾ, ਜਿਵੇਂ ਹੁਣ ਸਾਡੇ ਤੋਂ ਬਾਅਦ ਕੁਛ ਕੁ ਜਿਵੇਂ 5-7 ਸਾਲ ਬਾਅਦ ਵਾਲੇ ਜਵਾਕ ਹੈ, ਮੁੰਡੇ ਆ, ਉਹਨਾਂ ਨੂੰ ਵੀ, ਅੱਧਿਆਂ ਨੂੰ ਇਹਦਾ ਇਤਿਹਾਸ ਨਹੀਂ ਪਤਾ, ਬੱਚਿਆਂ ਨੂੰ ਤਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਹੈ। ਤਾਂ ਮੈਂ ਅਪੀਲ ਇਹ ਕਰਦਾ ਕਿ ਸਾਰੇ ਜਣੇ ਫਿਲਮ ਦੇਖਣ ਜਾਓ, ਬੱਚਿਆਂ ਨੂੰ ਜ਼ਰੂਰ ਨਾਲ ਲੈ ਕੇ ਜਾਓ, ਤਾਂ ਕਿ ਉਹਨਾਂ ਨੂੰ ਸਾਡੇ ਇਤਿਹਾਸ ਬਾਰੇ ਪਤਾ ਲੱਗੇ। ਔਰ ਜਿੱਦਾਂ ਲੋਕਾਂ ਦੇ ਵਿੱਚ ਸਬਰ ਖਤਮ ਹੁੰਦਾ ਜਾ ਰਿਹਾ ਹੈ ਨਾ, ਸਬਰ ਸੰਤੋਖ ਖਤਮ ਹੁੰਦਾ ਜਾ ਰਿਹਾ, ਉਹ ਦੁਬਾਰਾ ਇਹ ਫਿਲਮ ਦੇਖ ਕੇ ਉਹਨਾਂ ਦੇ ਅੰਦਰ ਜਾਗੇ, ਪਰਮਾਤਮਾ ਤੇ ਵਿਸ਼ਵਾਸ ਹੋਵੇ, ਆਪਣੇ ਕਰਮਾਂ ਤੇ ਵਿਸ਼ਵਾਸ ਹੋਵੇ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸਰ, ਇਹਦਾ ਖੁੱਲੀ ਇੰਟਰਵਿਊ ਕਰਾਂਗੇ ਤੁਹਾਡੇ ਨਾਲ, ਕਿ ਮੈਨੂੰ ਪਤਾ ਤੁਹਾਡੇ ਕੋਲ ਮੈਟਰ ਬਹੁਤ ਹੈ। ਨਹੀਂ ਨਹੀਂ, ਮੈਂ ਬਸ ਕਰੇ ਕਰਾਵੇ ਆਪੇ ਆਪ, ਮਾਲਕ ਹੀ ਜੋ ਦਿੰਦਾ ਉਹੀ ਬੋਲਦਾ ਹੀ ਹੈ, ਬਿਲਕੁਲ ਆਪਣਾ ਕੁਛ ਨਹੀਂ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸਰ, ਥੈਂਕ ਯੂ ਸੋ ਮਚ।